ਸਿਮਰ ਦਰਾਹਾ ਮੈਸੇਜ ਕਰ ਕਰ ਕੁੜੀਆਂ ਨੂੰ ਮੋਹਾਲੀ ਬੁਲਾਉਂਦਾ ਹੈ। ਅੱਛਾ ਯਾਰ ਸੱਚੀ ਟੈਂਪੂ ਆ ਉਹ। ਮੈਂ ਕੁੱਤਿਆਂ ਤੋਂ ਬਹੁਤ ਨਫ਼ਰਤ ਕਰਦਾ। ਤੂੰ ਕੁੱਤਾ ਤਾਂ ਹੈਗਾ ਪਰ ਉਹ ਕਿਸਮ ਦਾ ਕੁੱਤਾ ਨਹੀਂ ਜਿਹੜੀ ਕਿਸਮ ਨੂੰ ਮੈਂ ਨਫ਼ਰਤ ਕਰਦਾ। ਜਦੋਂ ਮੈਂ ਗਾ ਰਿਹਾ ਸੀ ਸਟੇਜ ਤੇ ਜਮਾ ਮੇਰੇ ਸਾਹਮਣੇ ਆ ਗਈ ਤੇ ਮੈਨੂੰ ਕਹਿੰਦੀ ਮੇਰੇ ਨਾਲ ਜੋ ਮਰਜ਼ੀ ਕਰ ਲੈ ਜੋ ਤੂੰ ਕਹੇਗਾ ਅੱਜ ਉਹ ਲੈ ਲੈ ਮੇਰੇ ਤੋਂ। ਲੈ ਟੈਂਪੂ ਹੈ ਸੱਚੀ ਗੱਲ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਲੋਕਾਂ ਦਾ ਇਹ ਕਹਿਣਾ ਸੀ ਕਿ ਸਿਮਰ ਦਰਾਹੇ ਦੇ ਮੈਸੇਜ ਨੇ ਜਾਂ ਨਹੀਂ ਇਹ ਗੱਲ ਦੀ ਤਾਂ ਪੁਸ਼ਟੀ ਕਰ ਲਓ ਪਰ ਸਿਮਰ ਦਰਾਹੇ ਨੇ ਕਿਹਾ ਕਿ ਜਿਹੜੇ ਕੁੜੀਆਂ ਨੂੰ ਮੈਸੇਜ ਭੇਜੇ ਨੇ ਉਹ ਮੈਂ ਹੀ ਭੇਜੇ ਨੇ ਭਾਈ ਜੀ ਵੀਡੀਓ ਦੇਖਣ ਤਾਂ ਲੱਗਿਓ ਪਹਿਲਾਂ ਤਾਂ ਜਿਹੜਾ ਕਮੈਂਟ ਕਰਨਾ ਤੁਸੀਂ ਪੂਰੀ ਵੀਡੀਓ ਦੇਖ ਕੇ ਕਮੈਂਟ ਕਰਨਾ ਹੈ ਕਮੈਂਟ ਦੇ ਵਿੱਚ ਦੱਸਣਾ ਹੈ ਕਿ ਵੀਡੀਓ ਸਿਮਰ ਦਰਾਹੇ ਨੂੰ ਚਾਹੀਦਾ ਇਹ ਇਸ ਤਰ੍ਹਾਂ ਦਾ ਬੋਲਣਾ ਜਾਂ ਨਹੀਂ ਚਾਹੀਦਾ ਆ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਤੇ ਆਪਣਾ ਕਮੈਂਟ ਜਾਂ ਆਪਣੀ ਰਾਇ ਮੇਰੇ ਬਾਰੇ ਵੀ ਪੂਰੀ ਪੂਰੀ ਵੀਡੀਓ ਦੇਖਣ ਤੋਂ ਬਾਅਦ ਰਹਿ ਦੇਣੀ ਹੈ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਿਮਰ ਦਰਾਹੇ ਤੱਕ ਜਰੂਰ ਪਹੁੰਚਾ ਦੇਣਾ ਕਿਉਂਕਿ ਇਹ ਸਿਮਰ ਦਰਾਹੇ ਵਾਸਤੇ ਇੱਕ ਨਿੱਕਾ ਜਿਹਾ ਮੈਸੇਜ ਹੈ ਅੱਸੀ ਕਾਲ ਦੋਸਤੋ ਅੱਜ ਗੱਲਬਾਤ ਕਰਾਂਗੇ ਸਿਮਰ ਦਰਾਹੇ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤਾਕੜੀ ਕੰਟਰੋਵਰਸੀ ਚੱਲੀ ਹੋਈ ਹੈ ਜਿਹਦੇ ਵਿੱਚ ਸਿਮਰ ਦਰਾਹੇ ਦੇ ਉੱਤੇ ਕਾਫੀ ਜ਼ਿਆਦਾ ਇਲਜ਼ਾਮ ਲੱਗ ਰਹੇ ਨੇ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਸਿਮਰ ਦਰਾ ਸਿਮਰ ਦਰਾਹਾ ਆਪਣੇ ਗਾਣਿਆਂ ਦੇ ਵਿੱਚ ਆਪਾਂ ਇੱਥੇ ਸ਼ੁਰੂਆਤ ਕਰਾਂਗੇ ਕਿ ਸਿਮਰ ਦਰਾਹਾ ਆਪਣੇ ਗਾਣਿਆਂ ਦੇ ਵਿੱਚ ਆਪਣੇ ਆਪ ਨੂੰ ਵੈਲੀ ਆਪਣੇ ਆਪ ਨੂੰ ਨਿਸ਼ੇੜੀ ਦੱਸਦਾ ਹੈ ਹਨਾ ਹਰੇਕ ਗਾਣੇ ਦੇ ਵਿੱਚ ਉਹਨੇ ਆਪਣਾ ਕਿਰਦਾਰ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਜ਼ੀਰੋ ਦਿਖਾਇਆ ਹੋਇਆ ਹੈ ਪਰ ਜਿਹੜਾ ਇੱਕ ਸਿਮਰ ਦਰਾਹੇ ਦਾ ਪੋਡਕਾਸਟ ਮਿੱਤਰਾਂ ਦਾ ਪੋਡਕਾਸਟ ਦੇ ਵਿੱਚ ਆਇਆ ਇੱਕ ਜਿਹੜਾ ਰੋਸਟਰ ਹੈ ਉਹਨੇ ਰੋਸਟਰ ਦੇ ਨਾਲ ਪੋਡਕਾਸਟ ਪੋਡਕਾਸਟ ਕੀਤਾ ਆਪਣਾ ਸਿਮਰ ਦਰਾਹੇ ਨੇ ਉਸ ਪੌਡਕਾਸਟ ਦੇ ਵਿੱਚ ਸਿਮਰ ਦਰਾਹੇ ਨੇ ਬਿਲਕੁਲ ਉਹ ਚੀਜ਼ ਮੰਨੀ ਹੈ ਕਹਿੰਦਾ ਯਾਰ ਸਾਮਾਨ ਸਮੂਨ ਦਾ ਵੀ ਕਹਿੰਦਾ ਮੈਨੂੰ ਇੰਤਜ਼ਾਮ ਕਰਨਾ ਹੁੰਦਾ ਮੈਂ ਸਾਮਾਨ ਸਮੂਨ ਵੀ ਲਾਉਣਾ ਵੀ ਆਉਂਦਾ ਵੀ ਇੰਤਜ਼ਾਮ ਕਰਨਾ ਹੁੰਦਾ ਕਹਿੰਦਾ ਵੀ ਮੇਰੇ ਲਈ ਬਈ ਕੰਟਰੋਵਰਸੀਆਂ ਵਾਸਤੇ ਸਮਾਂ ਹੈ ਨਹੀਂ ਇੱਕ ਤਾਂ ਯਾਰ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਸਿਮਰ ਦਰਾਹਾ ਬਹੁਤ ਵਧੀਆ ਗੱਲ ਹੈ ਕਿ ਯਾਰ ਸੱਚ ਬੋਲਦਾ ਉਹਨੇ ਵਾਕਈ ਜਿਹੜਾ ਪੌਡਕਾਸਟ ਜੋ ਮੈਂ ਵੇਖਿਆ ਵਾਕਈ ਸੱਚ ਬੋਲਦਾ ਯਾਰ ਬੰਦੇ ਨੇ ਇਕੱਲੀ ਇਕੱਲੀ ਗੱਲ ਸੱਚ ਕਹੀ ਹੈ ਪਰ ਯਾਰ ਐਡੇ ਵੱਡੇ ਸਟਾਰ ਦਾ ਇਹ ਕਹਿਣਾ ਕਿ ਮੈਂ ਸਮਾਨ ਦਾ ਇੰਤਜ਼ਾਮ ਕਰਨਾ ਹੁੰਦਾ ਯਾਰ ਕਿੰਨਾ ਯੂਥ ਕਿੰਨੇ ਲੋਕ ਉਸ ਨੂੰ ਫੋਲੋ ਕਰਦੇ ਨੇ ਹਨਾ ਲੋਕਾਂ ਤੇ ਬੁਰਾ ਅਸਰ ਪਊਗਾ ਕੁੱਲ ਮਿਲਾ ਕੇ ਤੇ ਭਾਈ ਸਾਹਿਬ ਕੁਝ ਗੱਲਾਂ ਗਲਤ ਕਹੀਆਂ ਆਪਾਂ ਉਹ ਗੱਲਾਂ ਤੇ ਗੱਲ ਕਰਾਂਗੇ ਵੈਸੇ ਤਾਂ ਸਿਮਰ ਦਰਾਹੇ ਦਾ ਪੌਡਕਾਸਟ ਤੁਸੀਂ ਜ਼ਰੂਰ ਦੇਖਿਓ ਬਹੁਤ ਘੈਂਡਾ ਹੈ ਪਰ ਜਿਹੜੇ ਉਹਨੂੰ ਨਹੀਂ ਕਹਿਣੇ ਚਾਹੀਦੇ ਸੀ ਅੱਜ ਆਪਾਂ ਉਹ ਗੱਲ ਕਰਾਂਗੇ ਇੱਕ ਕਰਨ ਦੱਤਾ ਜਿਹਦਾ ਨਾਮ ਕੁੱਲੜ ਪੀਜੇ ਵੇਲੇ ਵੀ ਆਇਆ ਸੀਗਾ ਵਿੱਚ ਕਿ ਕੁੱਲੜ ਪੀਜੇ ਨੂੰ ਵੀਡੀਓ ਭੇਜ ਦਿੱਤੀ ਜਾਊਗੀ ਅਗਰ ਤੁਸੀਂ ਪੈਸੇ ਨਾ ਪਾਏ ਜਿਹੜਾ ਕੁੱਲੜ ਪੀਜੇ ਵਾਲਿਆਂ ਦੀ ਵੀਡੀਓ ਜਿਹਨੇ ਵਾਇਰਲ ਕੀਤੀ ਆ ਉਸਨੇ ਕੁੱਲੜ ਪੀਜੇ ਵਾਲਿਆਂ ਨੂੰ ਧਮਕੀ ਦਿੱਤੀ ਸੀ ਚੈਟ ਦੇ ਵਿੱਚ ਕਰਨ ਦੱਤੇ ਦਾ ਨਾਮ ਆਇਆ ਸੀਗਾ ਮੈਂ ਨਹੀਂ ਕਰਨ ਦੱਤੇ ਨੂੰ ਇਹ ਵਾਲੀ ਵੀਡੀਓਜ਼ ਭੇਜ ਦੂੰਗੇ ਤੇ ਜਾਂ ਭੇਜ ਦੂੰਗਾ ਵੀ ਜੇ ਤੁਸੀਂ ਨਾ ਪੈਸੇ ਪਾਏ ਸੋ ਉਹੀ ਕਰਨ ਦੱਤੇ ਨੇ ਜਿਹੜਾ ਸਿਮਰ ਦਰਾਹੇ ਦਾ ਇੱਕ ਵੀਡੀਓ ਪਾਈ ਸੀ ਆਪਾਂ ਨੇ ਪਹਿਲਾ ਵੀਡੀਓ ਪਾਈ ਹੋਇਆ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਕਰਨ ਦੱਤੇ ਨੇ ਇਲਜ਼ਾਮ ਲਾਇਆ ਸੀ ਸਿਮਰ ਰਾਏ ਤੇ ਕਿ ਕੁੜੀਆਂ ਨੂੰ ਮੈਸੇਜ ਕਰ ਕਰਕੇ ਨੁਹਾੜੀ ਬੁਲਾਉਂਦਾ ਪਤਾ ਨਹੀਂ ਕਾਦੇ ਵਾਸਤੇ ਠੀਕ ਹੈ ਬੇ ਜੇ ਤੈਨੂੰ ਸਟ੍ਰੈਸ ਹੈ ਜਾਂ ਕੋਈ ਟੈਨਸ਼ਨ ਆਪਦੇ ਯਾਰ ਦੋਸਤਾਂ ਨੂੰ ਮੈਸੇਜ ਕਰ ਬੇ ਕੁੜੀਆਂ ਨੂੰ ਮੈਸੇਜ ਕਿਉਂ ਕਰ ਦਿੰਦੇ ਉਹਨੇ ਕੁੜੀਆਂ ਨੂੰ ਮੈਸੇਜ ਨਹੀਂ ਕਰਦਾ ਸੀ ਉਹ ਕੁੜੀਆਂ ਨੂੰ ਮੈਸੇਜ ਕਰਕੇ ਉਹਨੇ ਸਕਰੀਨਸ਼ਾਟ ਹੀ ਮਾਰਖਿਆ ਸੀ ਹਰੇਕ ਨੂੰ ਸਕਰੀਨਸ਼ਾਟ ਚਪ ਚਪੇ ਦਿੰਦਾ ਸੀ ਲਿਖਿਆ ਹੋਇਆ ਸੀ ਜਿਹਦੇ ਵਿੱਚ ਵੀ ਮੋਹਲੀ ਆ ਜੋ ਤੇ ਨਾੜ ਕੁੜੀਆਂ ਤੋਂ ਪੈਸੇ ਮੰਗਣ ਦੇ ਇਲਜ਼ਾਮ ਲੱਗੇ ਸੀ ਸਿਮਰ ਦਰਾਹੇ ਦੇ ਉੱਤੇ ਤੇ ਉਸੇ ਸੰਦਰਭ ਦੇ ਵਿੱਚ ਉਸੇ ਉਸੇ ਚੱਕਰ ਦੇ ਵਿੱਚ ਇਹਨਾਂ ਨੇ ਪੌਡਕਾਸਟ ਕੀਤਾ ਜਿਹੜਾ ਮੁੰਡਾ ਉਹ ਜਿਹੜੇ ਠੇਕਾ ਜਿਹਾ ਲਿਆ ਹੋਇਆ ਕੁੜੀਆਂ ਨੂੰ ਗਾਲਾਂ ਕੱਢਣ ਦਾ ਹਨਾ ਹਰੇਕ ਨੂੰ ਗਾਲਾਂ ਕੱਢਣੀਆਂ ਇਹ ਬੋ ਤੇ ਉਹਦੇ ਨਾਲ ਪੌਡਕਾਸਟ ਕੀਤਾ ਵੈਸੇ ਤਾਂ ਮੈਨੂੰ ਲੱਗਦਾ ਵੀ ਸਿਮਰ ਦਰਾਹੇ ਵੀਰੇ ਨੂੰ ਚਾਹੀਦਾ ਸੀਗਾ ਵੀ ਕਿਸੇ ਵਧੀਆ ਘੈਂਟ ਬੰਦੇ ਨਾਲ ਕਰਦਾ ਯਾਰ ਹਨਾ ਵੀ ਪੌਡਕਾਸਟ ਦਾ ਅਗਰ ਇੰਟਰਵਿਊ ਜਾਂ ਪੌਡਕਾਸਟ ਕਰਨਾ ਸੀ ਕਿਸੇ ਧਰਨਾਟ ਬੰਦੇ ਨਾਲ ਕਰਦਾ ਯਾਰ ਨਾ ਪਿਪਲੀਆ ਬੰਦੇ ਨਾਲ ਜਿਹੜਾ ਜੇ ਘੱਟੋ-ਘੱਟ ਜਿਹਨੂੰ ਕੁੜੀਆਂ ਦੀ ਰਿਸਪੈਕਟ ਤਾਂ ਕਰਨੀ ਆਉਂਦੀ ਹੁੰਦੀ ਚਲੋ ਕੋਈ ਗੱਲ ਨਹੀਂ ਉਹ ਜਿਹੇ ਜਿਹਾ ਹੈਗਾ ਚਲੋ ਉਹਦਾ ਨੇਚਰ ਆ ਨਾ ਹਰੇਕ ਬੰਦਾ ਆਪਦੇ ਘਰੇ ਆਪਦੇ ਘਰੇ ਸਿੱਖਦਾ ਤੇ ਉਹ ਫਿਰ ਉਸ ਤਰ੍ਹਾਂ ਦੇ ਜਿਹੜਾ ਬਾਹਰ ਦਾ ਮਾਹੌਲ ਉਹ ਉਸ ਤਰ੍ਹਾਂ ਦੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਜੋ ਘਰੇ ਸਿੱਖ ਕੇ ਆਉਂਦਾ ਚਲੋ ਉਹ ਗੱਲ ਨੂੰ ਰਹਿਣ ਦੀ ਹੈ ਸਿਮਰ ਦਰਾਹੇ ਨੇ ਕੁਝ ਗੱਲਾਂ ਪੌਡਕਾਸਟ ਦੇ ਵਿੱਚ ਗਲਤ ਕਹੀਆਂ ਨੇ ਕਹਿੰਦਾ ਵੀ ਇੱਕ ਕੁੜੀ ਸੀ ਉਹ ਉਸ ਜਿਹੜਾ ਸਿਮਰ ਦਰਾਹਾ ਉਸ ਨੂੰ ਸਟੇਜ ਦੇ ਉੱਤੇ ਆਉਂਦੀ ਸੀ ਸਟੇਜ ਦੇ ਜਮਾਂ ਬਿਲਕੁਲ ਨੇੜੇ ਖੜਦੀ ਸੀ ਤੇ ਉਹ ਇਹ ਦਰਸਾਉਂਦੀ ਸੀ ਵੀ ਮੇਰੇ ਨਾਲ ਜੋ ਮਰਜ਼ੀ ਕਰ ਲਾ ਮੈਂ ਤੇਰੇ ਨਾਲ ਜੋ ਮਰਜ਼ੀ ਕਰਨਾ ਚਾਹੁੰਦੀ ਆ ਯਾਰ ਸਿਮਰ ਦਰਾਹਾ ਇੱਕ ਬਹੁਤ ਵਧੀਆ ਸਟਾਰ ਆ ਹਨਾ ਜਦੋਂ ਸਟਾਰ ਬੰਦਾ ਬਣਦਾ ਕੁੜੀਆਂ ਫੈਨ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੁੰਦੀਆਂ ਰਹਿੰਦੀਆਂ ਨੇ ਹਨਾ ਸੋ ਮੈਨੂੰ ਲੱਗਦਾ ਵੀ ਜੇ ਤੁਹਾਨੂੰ ਕੋਈ ਗਲਤ ਨਜ਼ਰ ਨਾਲ ਕੁੜੀ ਦੇਖ ਵੀ ਰਹੀ ਐ ਤੁਸੀਂ ਰਿਸਪੈਕਟ ਕਰੋ ਦੀ ਤੁਸੀਂ ਉਹਦੀ ਕਦਰ ਕਰੋ ਵੀ ਯਾਰ ਰੱਬ ਨੇ ਸਾਨੂੰ ਇੰਨੇ ਯੋਗਾ ਕਰਤਾ ਕਿ ਸਾਡੇ ਤੇ ਇੰਨੀਆਂ ਕੁੜੀਆਂ ਮਰਦੀਆਂ ਨੇ ਹਨਾ ਸਾਨੂੰ ਇੰਨਾਂ ਕੁੜੀਆਂ ਪਸੰਦ ਕਰਦੀਆਂ ਨੇ ਲਾਈਕ ਕਰਦੀਆਂ ਨੇ ਤੇ ਸਾਡੀ ਇੰਨੀ ਰਿਸਪੈਕਟ ਕਰਦੀਆਂ ਨੇ ਹਨਾ ਹੁਣ ਸ਼ਾਹਰੂਖ ਖਾਨ ਐ ਮੰਨ ਲਓ ਇਸ ਟਾਈਮ ਬੜਾ ਹੋ ਚੁੱਕਿਆ ਪਰ ਅੱਜ ਵੀ ਕੁੜੀਆਂ ਉਸ ਤੋਂ ਜਾਨ ਛਿੜਕਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਹਨਾ ਉਹ ਕੁੜੀਆਂ ਨੂੰ ਭੰਡਦਾ ਫਿਰੇ ਯਾਰ ਵੀ ਮੈਨੂੰ ਕੁੜੀ ਆਹ ਕਰਨਾ ਚਾਹੁੰਦੀ ਸੀ ਮੇਰੇ ਨਾਲ ਆਹ ਕਰਨਾ ਚਾਹੁੰਦੀ ਸੀ ਸੱਚ ਬੋਲਿਆ ਬਹੁਤ ਵਧੀਆ ਲੱਗਿਆ ਘੈਂਣ ਲੱਗਿਆ ਪਰ ਕੁਝ ਕ ਗੱਲਾਂ ਇੱਕ ਉਹਨੇ ਉਹਦੇ ਵਿੱਚ ਉਹਦੀ ਗੱਲ ਕੀਤੀ ਐ ਆਪਣਾ ਕਹਿੰਦਾ ਵੀ ਮੈਂ ਸਮਾਨ ਲਾਉਣਾ ਹੁੰਦਾ ਹਨਾ ਤਾਂ ਵੀਰ ਬਣ ਕੇ ਵੀ ਇਸ ਤਰ੍ਹਾਂ ਦੇ ਜਿਹੜਾ ਜੂਥ ਨੂੰ ਸੁਨੇਹਾ ਨਾਂ ਦੇ ਸਮਾਨ ਲਾਉਣ ਵਾਲਾ ਕਿ ਜਿਹੜਾ ਨਸ਼ਾ ਨਸ਼ੇ ਨੂੰ ਪਹਿਲੀ ਤੁਸੀਂ ਗਾਣੇ ਦੇ ਵਿੱਚ ਬਹੁਤ ਪ੍ਰਮੋਟ ਕਰ ਚੁੱਕੇ ਹੋ ਹਨਾ ਜੋ ਗਾਣੇ ਸੋਹਣੇ ਨੇ ਐਸੀ ਗੱਲ ਨਹੀਂ ਪਰ ਨਸ਼ੇ ਨੂੰ ਪ੍ਰਮੋਟ ਕਰਨਾ ਵੀ ਵਧੀਆ ਬੜੀ ਵਧੀਆ ਗੱਲ ਨਹੀਂ ਹੈਗੀ ਨਸ਼ੇ ਨੂੰ ਬਹੁਤ ਪਹਿਲੀ ਤੁਸੀਂ ਬਹੁਤ ਪ੍ਰਮੋਟ ਕਰਤਾ ਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਤੁਹਾਨੂੰ ਲਾਈਵ ਵਿੱਚ ਵੀ ਇਹ ਦੱਸਣਾ ਮਤਲਬ ਤੁਹਾਡਾ ਬਣਦਾ ਸੀਗਾ ਕਿ ਮੈਂ ਉਹ ਜਿਹੜੇ ਗਾਣੇ ਕਰਦਾ ਉਹ ਸੱਚ ਨੇ ਮੈਂ ਵਾਕਈ ਨਸ਼ੇੜੀ ਆ ਚਲੋ ਇਹ ਵੀ ਠੀਕ ਹੈ ਤੇ ਇੱਕ ਜਿਹੜੀ ਗੱਲ ਆਈ ਹੈ ਪੌਡਕਾਸਟ ਵਾਲੇ ਨਾਲ ਗੱਲਬਾਤ ਕਰ ਰਿਹਾ ਪੌਡਕਾਸਟ ਵਾਲੇ ਨੂੰ ਕਹਿੰਦਾ ਕਹਿੰਦਾ ਵੀ ਮੈਨੂੰ ਜਿਹੜੇ ਆ ਪੌਂਕੇ ਕਹਿੰਦਾ ਕਿਹਾ ਜਿਹੜੇ ਪੌਂਕੇ ਨੇ ਮੰਨ ਲਓ ਵੇ ਜਿਹੜੇ ਰੋਸਟ ਕਰਦੇ ਨੇ ਹੈਨਾ ਜਿਹੜੇ ਰੋਸਟ ਕਰਦੇ ਨੇ ਕਹਿੰਦਾ ਜਿਹੜੇ ਪੌਂਕੇ ਨੇ ਜਿਹੜੇ ਕੁੱਤੇ ਨੇ ਉਹ ਮੈਨੂੰ ਪਸੰਦ ਨਹੀਂ ਹੈਗੇ ਪਰ ਮੈਨੂੰ ਕੁੱਤੇ ਪਸੰਦ ਨਹੀਂ ਹੈਗੇ ਪਰ ਤੂੰ ਹੋਰ ਕਿਸਮ ਦਾ ਕੁੱਤਾ ਤੂੰ ਹੋਰ ਕਿਸਮ ਦਾ ਪੌਂਕਾ ਮੈਂ ਉਹਨੇ ਇਹ ਵੀ ਨਹੀਂ ਕਿਹਾ ਵੀ ਮੈਂ ਤੈਨੂੰ ਨਹੀਂ ਪਸੰਦ ਕਰਦਾ ਔਰ ਉਹਨੇ ਇਹ ਕਿਹਾ ਵੀ ਤੂੰ ਹੋਰ ਕਿਸਮ ਦਾ ਭੌਂਕਾ ਇਹ ਮੈਨੂੰ ਸਮਝ ਨਹੀਂ ਆਈ ਇਹ ਮੈਨੂੰ ਜੇ ਕਲੀਅਰ ਹੋ ਜਾਂਦਾ ਤਾਂ ਹਨਾ ਆਪਾਂ ਗਾਹਾਂ ਜਿਹੜੀ ਗੱਲ ਕਰਦੇ ਆਪਾਂ ਵੀ ਕਲੀਅਰਲੀ ਹੋਇਆ ਮਤਲਬ ਇਹਦੀ ਕਹਾਣੀ ਕੀ ਬਣੀ ਗੱਲ ਕੀ ਬਣੀ ਤੇ ਰਹੀ ਗੱਲ ਉਹ ਵੀਡੀਓ ਆਪਾਂ ਜਿਹੜੀ ਪਾਈ ਸੀ ਉਹਦੇ ਵਿੱਚ ਕਈ ਵੀਰਾਂ ਦੇ ਕਮੈਂਟ ਆਏ ਸੀਗੇ ਕਹਿੰਦੇ ਵੀ ਸਿਮਰ ਦਰਾਹੇ ਦੇ ਮੈਸੇਜ ਨਹੀਂ ਹੋ ਸਕਦੇ ਸਿਮਰ ਦਰਾਹੇ ਦੇ ਹੀ ਮੈਸੇਜ ਨੇ ਸਿਮਰ ਦਰਾਹੇ ਨੇ ਆਪ ਮੰਨਿਆ ਇਹ ਕਬੂਲੇ ਕਿ ਇਹ ਮੇਰੇ ਮੈਸੇਜ ਆਪਦੇ ਨੇ ਪਰ ਹੋ ਸਕਦਾ ਉਹਦਾ ਟਾਕ ਟੂ ਵੇ ਉਹ ਕਹਿਣ ਦਾ ਤਰੀਕਾ ਜਾਂ ਕਹਿਣ ਦਾ ਕਹਿਣ ਤੋਂ ਭਾਵ ਆਪਾਂ ਕਹਿੰਦੇ ਮੇਰਾ ਕਹਿਣ ਤੋਂ ਭਾਵ ਕਹਿਣ ਤੋਂ ਭਾਵ ਕੁਝ ਹੋਰ ਹੋਵੇ ਹਨਾ ਮੈਨੂੰ ਬੜੀ ਅੰਗਰੇਜ਼ੀ ਨਹੀਂ ਆਉਂਦੀ ਬਸ ਮੈਂ ਤੁਹਾਨੂੰ ਮਤਲਬ ਉਹ ਚੀਜ਼ ਸਮਝਾਉਣਾ ਚਾਹੁੰਦਾ ਜਿਹੜੀ ਮੈਂ ਸਮਝ ਗਿਆ ਵੀ ਉਹਦਾ ਕਹਿਣ ਦਾ ਮਤਲਬ ਹੋਰ ਹੋ ਸਕਦਾ ਪਰ ਹੈਗਾ ਮੈਸੇਜ ਸਿਮਰ ਦਰਾਹੇ ਨੇ ਹੀ ਕੀਤੇ ਨੇ ਉਹਨੇ ਇਹ ਮੰਨ ਵੀ ਲਿਆ ਠੀਕ ਹੈ ਕਿ ਪਰ ਇੱਥੇ ਇਹ ਵੀ ਆ ਵੀ ਯਾਰ ਤੂੰ ਪਰਾਵਾ ਕੁੜੀਆਂ ਨੂੰ ਵੀ ਮੈਸੇਜ ਕਿਉਂ ਕਰਨੇ ਸੀ ਵੀ ਆ ਜਾ ਮੇਰਾ ਦਿਲ ਨਹੀਂ ਲੱਗ ਰਿਹਾ ਮੈਂ ਸਟ੍ਰੈਸ ਚਾ ਮੈਂ ਟੈਨਸ਼ਨ ਚਾ ਮੈਂ ਪ੍ਰੋਬਲਮ ਚਾ ਆ ਜਾ ਮੇਰਾ ਦਿਲ ਲਵਾ ਦੇ ਆ ਜਾ ਮੈਂ ਮੈਂ ਮਤਲਬ ਮੈਂ ਗੱਲਾਂ ਮੈਂ ਕੁਝ ਦੱਸਣਾ ਚਾਹਣਾ ਠੀਕ ਹੈ ਤੁਸੀਂ ਭਾਈ ਸਾਹਿਬ ਦੱਸਣਾ ਚਾਹੁੰਦੇ ਹੋ ਆਪਦੇ ਕਿਸੇ ਭੈਣ ਭਾਈ ਨੂੰ ਦੱਸੋ ਆਪਦੇ ਕਿਸੇ ਰਿਸ਼ਤੇਦਾਰ ਨੂੰ ਦੱਸੋ ਫਲਾਣਿਆਂ ਆ ਜਾ ਸੁਣ ਜਾ ਟਮਕਾਣਿਆਂ ਆ ਜਾ ਸੁਣ ਜਾ ਕੁੜੀਏ ਆ ਜਾ ਸੁਣ ਜਾ ਹਨਾ ਇਹਦਾ ਤਾਂ ਮਤਲਬ ਇਹ ਹੋਇਆ ਵੀ ਗਧੇ ਦੇ ਗੱਲ ਲੱਗ ਕੇ ਰੋਣਾ ਹਨਾ ਉਹ ਹੁਣ ਜਦੋਂ ਆਪਾਂ ਬਗਾਨਿਆਂ ਨੂੰ ਆਪਦਾ ਦੁੱਖ ਦੱਸਦੇ ਹਾਂ ਤਾਂ ਗਧੇ ਦੇ ਗੱਲ ਲੱਗ ਕੇ ਰੋਣ ਵਾਲਾ ਕੰਮ ਐ ਨਾ ਤਾਂ ਉਹ ਆਪਣਾ ਦੁੱਖ ਦੂਰ ਕਰ ਸਕੇ ਨਹੀਂ ਆਪਾਂ ਨੂੰ ਸੰਤੁਸ਼ਟੀ ਮਿਲੇ ਕਿਸੇ ਬਗਾਨੇ ਨੂੰ ਦੁੱਖ ਸੁਣਾ ਕੇ ਜਿਹੜਾ ਆਪਣਾ ਦੁੱਖ ਆ ਉਹ ਆਪਣੇ ਨਾਲ ਹੀ ਵੰਡਦਾ ਬੰਦਾ ਵਧੀਆ ਲੱਗਦਾ ਤੇ ਇੱਕ ਕਰਨ ਦਿੱਤਾ ਬਾਰੇ ਬਹੁਤ ਯਾਰ ਗੱਲ ਕਹੀ ਅਜੀਬੋ ਗਰੀਬ ਸੇਮਰ ਦਾ ਰਾਹਾ ਕਹਿੰਦਾ ਵੀ ਮੈਨੂੰ ਜੇ ਮੈਂ ਤੇਰੇ ਵਰਗਾ ਹੁੰਦਾ ਤੇਰੇ ਵਰਗੀ ਸ਼ਕਲ ਲੈ ਕੇ ਮੈਂ ਕਦੇ ਵੀ ਸੋਸ਼ਲ ਮੀਡੀਆ ਤੇ ਨਹੀਂ ਆਉਂਦਾ ਸੀ ਰਿਜ਼ਰ ਕੁੱਲ ਮਿਲਾ ਕੇ ਕਹਿਣ ਤੋਂ ਭਾਵ ਇਹ ਹੈ ਕਿ ਉਹ ਟੈਂਪੂ ਟੈਪ ਹੈ ਹੁਣ ਹੈਗਾ ਜਾਂ ਨਹੀਂ ਹੈਗਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਸਿਮਰ ਦਰਾਹੇ ਨੇ ਇਲਜ਼ਾਮ ਲਾਇਆ ਕਰਨ ਦਿੱਤਾ ਤੇ ਹੁਣ ਉਹ ਇਹਦੇ ਰਿਐਕਸ਼ਨ ਚ ਕੀ ਕਹਿੰਦਾ ਜਾਂ ਉਹ ਉਹਦੀ ਗੱਲਬਾਤ ਕੀ ਹੈ ਇਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਪਰ ਕੁੱਲ ਮਿਲਾ ਕੇ ਮੈਂ ਸਿਮਰ ਦਰਾਹੇ ਨੂੰ ਸਿਰਫ ਇਨਾ ਕਹਿਣਾ ਚਾਹੁੰਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਿਮਰਦ ਰਾਹੇ ਤੱਕ ਜਰੂਰ ਪਹੁੰਚੇ ਕਿ ਵੀਰੇ ਤੂੰ 스타 ਹੈ ਭਾਈ ਸਾਹਿਬ ਹਨਾ ਯਾਰ ਕੁੜੀਆਂ ਦੀ ਰਿਸਪੈਕਟ ਕਰਨੀ ਤੁਹਾਡਾ ਫਰਜ਼ ਹੈ ਕੁੜੀ ਨੇ ਇਹ ਹੈਗਾ ਵੀ ਕੁੜੀ ਨੇ ਕਿਸੇ ਲਾਈਵ ਦੇ ਵਿੱਚ ਆ ਕੇ ਕੁਝ ਜਿਹੜਾ ਆਪਣਾ ਸਿਮਰਦ ਰਾਹੇ ਬਾਰੇ ਕੁਝ ਕਿਹਾ ਉਹ ਗੱਲ ਬਖਰੀ ਹੈ ਪਰ ਫਿਰ ਵੀ ਯਾਰ ਹਨਾ ਕੁੜੀਆਂ ਦੀ ਰਿਸਪੈਕਟ ਕਰਨੀ ਬਣਦੀ ਹੈ ਤੇ ਤੁਸੀਂ ਸਟਾਰ ਹੋ ਉਹ ਜਿਹੜਾ ਸਾਹਮਣੇ ਬੈਠਾ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਕੁੱਤੇ ਦਾ ਪਸੰਦ ਨੇ ਸੌਰੀ ਮੈਨੂੰ ਕੁੱਤੇ ਤਾਂ ਪਸੰਦ ਨਹੀਂ ਹੈ ਮੈਂ ਕੁੱਤਿਆਂ ਦਾ ਨਫ਼ਰਤ ਕਰਦਾ ਪਰ ਤੂੰ ਹੋਰ ਕਿਸਮ ਦਾ ਕੁੱਤਾ ਬੀਅਰ ਇਹੋ ਜਿਹੇ ਬੰਦੇ ਨਾਲ ਪੋਡਕਾਸਟ ਕਰਨਾ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਚਾਹੀਦਾ ਸੀਗਾ ਕਿਉਂਕਿ ਯਾਰ ਹਨਾ ਵੀ ਇੱਕ ਬੰਦਾ ਇੱਕਦਲ ਇੱਕ ਬੰਦੇ ਦਾ ਲੈਵਲ ਹੁੰਦਾ ਇੱਕ ਖੱਚ ਲੈਵਲ ਦਾ ਬੰਦਾ ਵੀ ਯਾਰ ਜਿਹਨੇ ਠੇਕਾ ਹੀ ਲੈ ਰਖਿਆ ਉਹਨੇ ਐਂ ਕਹਿਤਾ ਗਾਲਾਂ ਕੱਢਣੀਆਂ ਗੰਦੀਆਂ ਗੰਦੀਆਂ ਹਨਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਫਲਾਉਣਾ ਇਹ ਚੀਜ਼ਾਂ ਯਾਰ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਵੀ ਵਧੀਆ ਲੱਗਦੀਆਂ ਹੋਣੀਆਂ ਕਿਉਂਕਿ ਯਾਰ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਮੈਂ ਦੇਖਦਾ ਉੱਥੇ ਮੇਰੀ ਭੈਣ ਵੀ ਦੇਖਦੀ ਹੈ ਹਨਾ ਉਹੀ ਚੀਜ਼ਾਂ ਜੋ ਚੀਜ਼ ਮੈਂ ਕਰ ਰਹੇ ਆ ਜਾਂ ਕਹਿ ਰਹੇ ਆ ਹਨਾ ਉਹਦਾ ਅਸਰ ਹੋਰ ਲੋਕਾਂ ਦੀਆਂ ਧੀਆ ਪਣਾ ਵੀ ਦੇਖਦੀਆਂ ਨੇ ਹਨਾ ਕੱਲ ਨੂੰ ਆਪਣੇ ਮੰਨ ਲਓ ਬੱਚੇ ਨੇ ਉਹਨਾਂ ਨੇ ਵੀ ਵੱਡੇ ਹੋ ਜਾਣਾ ਉਹਨਾਂ ਨੇ ਵੀ ਸੋਸ਼ਲ ਮੀਡੀਆ ਚਲਾਉਣੀਆਂ ਕੱਲ ਨੂੰ ਇਹ ਵੀ ਤਾਂ ਹੈ ਨਹੀਂ ਵੀ ਦੱਸ ਦੇਣਾ ਨੂੰ ਇਹ ਵੀਡੀਓ ਡਿਲੀਟ ਹੋ ਜਾਣਗੀਆਂ ਇਹ ਮੈਂ ਡਿਲੀਟ ਕਰ ਦੂੰ ਪਰ ਲੋਕ ਜਿਹੜੀਆਂ ਚੱਕ ਕੇ ਅਪਲੋਡ ਕਰਨਗੇ ਉਹ ਡਿਲੀਟ ਨਹੀਂ ਹੁੰਦੀਆਂ ਉਹ ਸਾਦਾ ਰਹਿਣੀਆਂ ਹੀ ਰਹਿਣੀਆਂ ਸੋ ਜਿਹੜਾ ਸਿਮਰ ਦਰਾਹੇ ਵਰਗੇ ਸੁਪਰਸਟਾਰ ਕਲਾਕਾਰ ਨੂੰ ਚਾਹੀਦਾ ਕਿ ਯਾਰ ਬੋਲਣ ਵੇਲੇ ਥੋੜਾ ਜਿਹਾ ਸੁੱਧੀ ਨਾਲ ਬੋਲਿਆ ਜਾਵੇ ਸਮਝ ਨਾਲ ਬੋਲਿਆ ਜਾਵੇ ਤਾਂ ਕਿ ਯਾਰ ਜਿਹੜੀ ਕਿਉਂਕਿ ਆਪਣੇ ਮੂੰਹੋਂ ਨਿਕਲ ਇੱਕ ਇੱਕ ਲਫ਼ਜ਼ ਲੋਕਾਂ ਲਈ ਬਹੁਤ ਵੱਡਾ ਅਸਰ ਲੋਕਾਂ ਤੇ ਪਾਉਂਦਾ ਲੋਕਾਂ ਨੂੰ ਸਮਝਾਉਣ ਦਾ ਕੰਮ ਕਰਦਾ ਹੈ ਉਹਨਾਂ ਨੂੰ ਚਾਹੇ ਇਹ ਸਮਝਾ ਦੋ ਵੀ ਨਸ਼ਾ ਕੋਈ ਬੜੀ ਵੱਡੀ ਚੀਜ਼ ਨਹੀਂ ਸਮਾਨ ਸਮੂਹ ਤੁਸੀਂ ਲਾਉਨੇ ਹੋ ਵੀ ਮੈਂ ਵੀ ਲਾਉਣਾ ਤੁਸੀਂ ਵੀ ਲਾ ਲਓ ਉਹ ਇਹ ਵੀ ਸਮਝ ਜਾਣਗੇ ਕਿਉਂਕਿ ਆਪਣੇ ਲੋਕ ਐਸੇ ਨਹੀਂ ਇਹ ਯੂਥ ਹੈ ਇਹ ਫੋਲੋ ਕਰਦੀ ਹੈ ਜਿਹੜੀ ਯੂਥ ਉਹਨੂੰ ਫੋਲੋ ਕਰਦੇ ਉਹ ਪੈਗ ਲਾਉਣ ਤੇ ਵੀ ਗੋਲੀਆਂ ਖਾਣ ਤੇ ਵੀ ਮੈਂਟ ਲਾਉ ਉਹ ਥੋੜੇ ਕਹਿਣਦੇ ਪਰ ਜੇ ਤੁਸੀਂ ਉਹਦੇ ਵਿੱਚ ਇਹ ਕਹਿ ਦੋਗੇ ਵੀ ਅਰ ਮੇਰੇ ਗਾਣੇ ਗੁਣੇ ਸੁਣ ਕੇ ਬਸ ਸਵਾਦ ਲੈ ਲਿਆ ਕਰੋ ਮੈਂ ਇਹੋ ਜਿਹਾ ਨਹੀਂ ਹੈਗਾ ਵੀ ਮੈਂ ਨਸ਼ੇ ਹੀ ਕਰਦਾ ਫਿਰਦਾ ਜਾਂ ਸਵਾਦ ਲੈਂਦਾ ਫਿਰਦਾ ਜਾਂ ਮਤਲਬ ਕਿ ਨਸ਼ੇ ਨੂੰ ਹੀ ਪ੍ਰਮੋਟ ਕਰ ਰਿਹਾ ਮੈਂ ਇਹਦੇ ਵਿੱਚ ਕੋਈ ਮਕਸਦ ਨਹੀਂ ਤਾਂ ਲੋ ਸਤਰਾ ਮਤਲਬ ਲਾਈਟਲੀ ਲੈਣ ਲੱਗੇ ਜਿਹੜੇ ਨਹੀਂ ਚਿੱਟਾ ਤਾਂ ਪਹਿਲੀ ਹੈ ਨਾ ਪੰਜਾਬ ਨੂੰ ਡੁੱਬੋ ਚੁੱਕਿਆ ਤਾਂ ਹੋਰ ਨਾ ਮੇਰਾ ਭਰਾ ਹੈ ਨਾ ਜਿਹੜੇ ਲੋਕ ਮੈਨੂੰ ਤਾਂ ਕੋਈ ਨਹੀਂ ਜਾਣਦਾ ਯਾਰ ਨਾ ਮੈਨੂੰ ਕੋਈ ਫੋਲੋ ਕਰਦਾ ਪਰ ਜਿਹੜੇ ਲੋਕਾਂ ਨੂੰ ਫੋਲੋ ਕਰਦੇ ਨੇ ਨਾ ਲੋਕ ਜਿਹੜੇ ਸਟਾਰ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਬਣਦੀ ਹੈ ਕਿ ਵਧੀਆ-ਵਧੀਆ ਪੋਸਟਾਂ ਪਾਇਆ ਕਰਨ ਕੁੜੀਆਂ ਦੇ ਰਿਸਪੈਕਟ ਜ਼ਰੂਰ ਕਰਿਆ ਕਰਨ ਸੋ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ